ਭਗਤ ਸਿੰਘ ਦੀ ਫੋਟੋ ਨੂੰ ਲੈ ਕੇ ਬਹੁਤ ਹੀ ਅਹਿਮ ਇੱਕ ਕਿਹਾ ਜਾਇਤ ਵਿਵਾਦ ਚੱਲ ਰਿਹਾ ਜਿਸ ਵਿੱਚ ਕਿਹਾ ਜਾ ਰਿਹਾ ਕਿ ਅਜੈ ਕਰਤ ਦੇ ਵਿੱਚ ਜਿਹੜਾ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦਾ ਫੋਟੋ ਹੈ ਉਸ ਨੂੰ ਹਟਾਇਆ ਜਾਏ ਹਾਲਾਂਕਿ ਸਿਮਰਤਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਗਲਤ ਪੋਰਟਰੇ ਕੀਤਾ ਜਾ ਰਿਹਾ ਹੈ ਸੰਸ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੂੰ ਤੇ ਇੱਕ ਮੁੱਦਾ ਹੋਰ ਚੱਲ ਰਿਹਾ ਦੂਜੇ ਪਾਸੇ ਮੋਹੱਲਾ ਕਲੀਨਿਕ ਨੂੰ ਲੈ ਕੇ ਹਾਲੇ ਵੀ ਜਿਹੜਾ ਵਿਵਾਦ ਚੱਲ ਰਿਹਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਸੇਵਾ ਕੇਂਦਰ ਦਾ ਨਾਮ ਬਦਲ ਕੇ ਹੀ ਸਿਰਫ ਨਾਮ ਜਿਹੜਾ ਹੈ ਉਸ ਦਾ ਆਮ ਆਦਮੀ ਕਲੀਨਿਕ ਕਿਹਾ ਜਾ ਰਿਹਾ ਉਸ ਚੀਜ਼ ਨੂੰ ਤੇ ਇੱਕ ਨਵਾਂ ਨਵਾਂ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਵਿੱਚ ਚੱਲ ਰਿਹਾ ਹੈ ਤੀਜਾ ਮੁੱਦਾ ਇਹ ਹੈ ਮੈਂ ਜਿਸ ਵਿੱਚ ਏਜੀ ਜਿਹੜੇ ਅਨਮੋਲ ਰਤਨ ਸਿੱਧੂ ਇਹਨਾਂ ਨੇ استਿਫਾ ਦੇ ਦਿੱਤਾ ਹੈ ਤੇ ਫਿਲਹਾਲ ਜਿਹੜੀ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਆਈ ਹੈ ਲੇਕਿਨ ਕਿਹਾ ਜਾ ਰਿਹਾ ਕਿ ਵਿਨੋਦ ਕੈਨੂ ਜਿਹੜਾ ਹੈ ਐਡਵੋਕੇਟ ਜਨਰਲ ਬਣਾਇਆ ਗਿਆ ਹੈ ਹਾਲਾਂਕਿ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਸਕਦਾ ਹੈ ਕਿਉਂਕਿ विनोद ਗਾਇ ਸੀਨੀਅਰ ਐਡਵੋਕੇਟ ਨੇ ਕ੍ਰਿਮੀਨਲ ਲਾਇਰ ਨੇ 35 ਸਾਲਾਂ ਤੱਕ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਕ੍ਰਿਮੀਨਲ ਲਾਇਰ ਦੇ ਤੌਰ ਤੇ ਇਸ ਤੋਂ ਇਲਾਵਾ ਰਾਮ ਰਹੀਮ ਦੇ ਕੇਸਸ ਗੁਰਮੀਤ ਰਾਮ ਰਹੀਮ ਦੇ ਕੇਸਸ ਉਹ ਲੜਦੇ ਆਏ ਨੇ ਤੇ ਵਿਰੋਧੀਆਂ ਨੇ ਸਵਾਲ ਚੁੱਕੇ ਉਹਨਾਂ ਦੀ ਅਪੁਆਇੰਟਮੈਂਟ ਨੂੰ ਲੈ ਕੇ ਹਰ ਲੰਘ ਕੇ ਆਫੀਸ਼ੀਅਲ ਅਨਾਉਂਸਮੈਂਟ ਹੋਣੀ ਬਾਕੀ ਹੈ